ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਨੇ ਆਪਣੇ ਨਵੇਂ ਗੀਤ ਸਕੇਪ ਗਾਟ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਤੇ ਮੂਸੇਵਾਲਾ ਨੇ ਗੀਤ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਗद्दार ਵੀ ਕਿਹਾ ਹੈ ਦੱਸਿਆ ਕਿ ਸਿੱਧੂ ਮੂਸੇਵਾਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਨੇtre ਹੋਏ ਦਿਖਾਈ ਦਿੱਤੇ ਨੇ ਅਤੇ ਸਿੱਧੂ ਮੂਸੇਵਾਲਾ ਨੇ ਸ਼ਰਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਆਕੂ ਸਿਮਰਜੀਤ ਸਿੰਘ ਮਾਨ ਨੂੰ ਹਰਾਉਣ ਵਾਲਿਆਂ ਨੂੰ ਗद्दार ਵੀ ਕਿਹਾ ਹੈ ਸਿੱਧੂ ਮਸੇਵਾਲਾ ਦੇ ਵੱਲੋਂ ਮੁਲਾਕਾਤ ਕੀਤੀ ਗਈ ਸਿੱਧੂ ਮਸੇਵਾਲਾ ਨੇ ਆਪਣਾ ਗੀਤ ਗਾਇਆ ਤੇ ਨਵੇਂ ਗੀਤ ਦੇ ਵਿੱਚ ਜੋ ਸ਼ਬਦਾਵਲੀ ਵਰਤੀ ਗਈ ਹੈ ਉਸ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਗद्दार ਕਿਹਾ ਗਿਆ ਤੇ ਸਿੱਧੂ ਮਸੇਵਾਲਾ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੂੰ ਹਰਾਉਣ ਵਾਲਿਆਂ ਨੂੰ ਵੀ ਗद्दार ਕਿਹਾ ਹੈ ਆਖਿਰ ਸਿੱਧੂ ਮੂਸੇਵਾਲਾ ਦੇ ਵੱਲੋਂ ਕਿਹੜਾ ਗਾਣਾ ਗਾਇਆ ਗਿਆ ਉਹ ਉਸਦੇ ਕੁਝ ਸ਼ਬਦ ਨੇ ਜੋ ਤੁਸੀਂ ਵੀ ਸੁਣਾਓ ਇੱਕ ਤਾਰ ਦੱਸੋ ਕੌਣ ਹੁਣ ਮੈਨੂੰ ਲੋਕੋ 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 ਇੱਕ ਤਾਰ ਦੱਸੋ ਕੌਣ ਜਿ세ਰਾ ਕਿ ਤੁਸੀਂ ਸੁਣਿਆ ਕਿ ਸਿੱਧੂ ਮੂਸੇਵਾਲਾ ਦੇ ਵੱਲੋਂ ਗਾਣੇ ਦੇ ਵਿੱਚ ਗਦਾ ਦਾ ਸ਼ਬਦ ਦੇ ਵਰਤੋਂ ਕੀਤੀ ਗਈ ਹੈ ਤੇ ਪੰਜਾਬ ਦੇ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੇ ਵੱਲੋਂ ਗਦਾ ਕਿਹਾ ਗਿਆ ਤੇ ਸਿੱਧੂ ਮੂਸੇਵਾਲਾ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਦਿਖਾਈ ਦੇ ਰਹੇ ਨੇ ਸਿੱਧੂ ਮੂਸੇਵਾਲਾ ਦੇ ਵੱਲੋਂ ਜੋ ਗੀਤ ਗਾਇਆ ਗਿਆ ਇਸ ਦੇ ਵਿੱਚ ਜਿੱਥੇ ਉਹਨਾਂ ਦੇ ਵੱਲੋਂ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਵੀ ਇਹ ਗੀਤ ਨੂੰ ਲੈ ਕੇ ਟਵੀਟ ਕੀਤੇ ਗਏ ਨੇ ਤੇ ਟਵੀਟ ਦੇ ਵਿੱਚ ਜੀਵਨ ਜੋਤ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਦੇ ਇਸ ਗੀਤ ਤੇ ਕਾਫੀ ਵਿਵਾਦ ਖੜਾ ਹੋ ਰਿਹਾ ਤੇ ਜੀਵਨ ਜੋਤ ਦੇ ਵੱਲੋਂ ਜੋ ਟਵੀਟ ਕੀਤਾ ਗਿਆ ਤੁਹਾਡੀ ਸਕਰੀਨ ਤੇ ਸਾਫ਼ ਦਿਖਾਈ ਦੇ ਰਿਹਾ ਤੇ ਪੰਜਾਬ ਨਾਗਦਾਰ ਨੇ ਜੋ ਪੰਜਾਬੀ ਨੇ ਉਹ ਗਦਾਰ ਨਹੀਂ ਇਹ ਕਿਹਾ ਗਿਆ ਸਿੱਧੂ ਜੋ ਗਾਣੇ ਦੇ ਵਿੱਚ ਬੋਲਿਆ ਗਿਆ ਤੇ ਜੀਵਨ ਜੋਤ ਦੇ ਵੱਲੋਂ ਸ਼ਬਦਾਵਲੀ ਕਹੀ ਗਿਆ ਕਿ ਪੰਜਾਬੀ ਨਾ ਗਦਾਰ ਨੇ ਤੇ ਨਾ ਹੀ ਪਖੰਡੀ ਨੇ ਸਿੱਧੂ ਮੂਸੇਵਾਲਾ ਨੂੰ ਜਵਾਬ ਦਿੱਤਾ ਗਿਆ ਤੇ ਸਾਡਾ ਇੱਕ ਅਮੀਰ ਇਤਿਹਾਸ ਹੈ ਅਸੀਂ ਹਮੇਸ਼ਾ ਨਿਆਂ ਤੇ ਸੱਚ ਲਈ ਖੜੇ ਆਂ ਜੀਵਨ ਜੋਤ ਦੇ ਵੱਲੋਂ ਆਪਣਾ ਟਵੀਟ ajo ਕੀਤਾ ਗਿਆ ਤੇ ਟੀਵੀ ਸਕਰੀਨ ਤੇ ਤੁਸੀਂ ਟਵੀਟ ਹੈ ਜੋ ਸਾਫ਼ ਦੇਖ ਸਕਦੇ ਹੋ ਟਵੀਟ ਦੇ ਵਿੱਚ ਜੀਵਨ ਜੋਤ ਆਮ ਆਦਮੀ ਪਾਰਟੀ ਦੇ ਆਖੂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬੀ ਨਾ ਗद्दार ਨੇ ਅਤੇ ਨਾ ਹੀ ਪਖੰਡੀ ਨੇ ਸਿੱਧੂ ਮੂਸੇਵਾਲਾ ਨੂੰ ਜਵਾਬ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਇੱਕ ਅਮੀਰ ਇਤਿਹਾਸ ਹੈ ਅਤੇ ਅਸੀਂ ਹਮੇਸ਼ਾ ਨਿਆਂ ਅਤੇ ਸੱਚ ਦੇ ਲਈ ਖੜੇ ਹਾਂ ਆਪਣੇ ਸ਼ਬਦਾਂ ਦਾ ਧਿਆਨ ਰੱਖੋ ਸਿੱਧੂ ਮੂਸੇਵਾਲਾ ਨੂੰ ਸਾਫ਼ ਕਿਹਾ ਗਿਆ ਹੈ ਕਿ ਆਪਣੇ ਸ਼ਬਦਾਂ ਦਾ ਧਿਆਨ ਰੱਖੋ ਐਟ ਦੀ ਰੇਟ ਸਿੱਧੂ ਮੂਸੇਵਾਲਾ ਜੋ ਪਾ ਕੇ ਆਈ ਟਵੀਟ ਕੀਤਾ ਗਿਆ ਲਗਾਤਾਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ట్ਵੀਟ ਨੇ ਜੋ ਕੀਤੇ ਜਾ ਰਹੇ ਨੇ ਲਗਾਤਾਰ ట్ਵੀਟ ਦਾ ట్ਵੀਟ ਸਿੱਧੂ ਮੂਸੇਵਾਲਾ ਨੂੰ ਜਵਾਬ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਦਿਖਾ ਹੀ ਦਿੰਦੇ ਨੇ ਉਥੇ ਜੇਕਰ ਦਿਨੇਸ਼ ਚੱਡਾ ਦੀ ਗੱਲ ਕੀਤੀ ਜਾਵੇ ਤਾਂ ਦਿਨੇਸ਼ ਚੱਡਾ ਨੇ ਵੀ ਸਿੱਧੂ ਮੂਸੇਵਾਲਾ ਨੂੰ ట్ਵੀਟ ਦੇ ذریعے ਆਪਣਾ ਸਵਾਲ ਦਾ ਜਵਾਬ ਦਿੱਤਾ ਤੇ ਸਿੱਧੂ ਮੂਸੇਵਾਲੇ ਨੂੰ ਗਾਣੇ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਚੋਣ ਹਾਰਨ ਤੋਂ ਬਾਅਦ ਮੈਂ ਲੋਕਾਂ ਨੂੰ ਭੜਕਦੇ ਦੇਖਿਆ ਪਰ ਪਹਿਲੀ ਵਾਰੀ ਕਿਸੇ ਨੂੰ ਪਾਗਲ ਹੁੰਦੇ ਦੇਖਿਆ ਸ਼ਰਮਨਾਕ ਪੰਚਾਇਤ ਪੰਜਾਬੀਆਂ ਤੋਂ ਜੋ ਆ ਕੀ ਇਹ ਸ਼ਰਮਨਾਕ ਗੱਲ ਲੈ ਕੇ ਆ ਗਿਆ ਹੈ ਦਿਨੇਸ਼ ਚੱਡਾ ਦੇ ਵੱਲੋਂ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਤੋਂ ਵੱਡਾ ਨਾ ਕੋਈ ਹੈ ਤੇ ਨਾ ਕੋਈ ਹੋਣਾ ਹੈ ਨੂੰ ਲੈ ਕੇ ਲਗਾਤਾਰ ਟਵੀਟ ਦਾ ਟਵੀਟ ਨੇ ਜੋ ਕੀਤੇ ਜਾ ਰਹੇ ਨੇ ਆ ਜੋ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਵੀ ਟਵੀਟ ਕੀਤੇ ਗਏ ਨੇ ਆ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਤਾਂ ਸਿੱਧੂ ਮੂਸੇਵਾਲਾ ਦੇ ਵੱਲੋਂ ਵੀ ਜੋ ਟਵੀਟ ਕੀਤਾ ਗਿਆ ਤੇ ਟਵੀਟ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਦਾ ਟਵੀਟ ਨੇ ਕਿਤੇ ਗਏ ਨੇ ਜਗਤੀਪ ਕੰਬੋਜ ਗੋਲਡੀ ਜਲਾਲਾਬਾਦ ਤੋਂ ਜੋ ਵਿਧਾਇਕ ਨੇ ਉਹਨਾਂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਸੀ ਤੇ ਮਨਵੀਰ ਸਿੰਘ ਆਮ ਆਦਮੀ ਪਾਰਟੀ ਦੇ ਆਕੂ ਨੇ ਜੋ ਉਹਨਾਂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਟਵੀਟ ਦੇ ਜ਼ਰੀਏ ਮਨਵੀਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਲੋਕਾਂ ਦਾ ਨਕਾਰਿਆ ਕਾਂਗਰਸੀ ਸਿੱਧੂ ਮੂਸੇਵਾਲਾ ਆਪਣੇ ਨਵੇਂ ਗਾਣੇ ਦੇ ਵਿੱਚ ਪੰਜਾਬੀਆਂ ਨੂੰ ਗद्दार ਕਹਿ ਰਿਹਾ ਹੈ ਬਹਾਦਰ ਪੰਜਾਬੀਆਂ ਲਈ ਅਜਿਹੀ ਇਤ ਰਾਜਕ ਭਾਸ਼ਾ ਵਰਤਣੀ ਬਹੁਤ ਹੀ ਮੰਤ ਭਾਗੀ ਹੈ ਤੇ ਪੰਜਾਬ ਦੇ ਲੋਕ ਕਦੇ ਵੀ ਮਾਫ ਨਹੀਂ ਕਰਨਗੇ ਲਗਾਤਾਰ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਟਵੀਟ ਨੇ ਜੋ ਕੀਤੇ ਜਾ ਰਹੇ ਨੇ ਟਵੀਟ ਦਾ ਟਵੀਟ ਨੇ ਜੋ ਕੀਤੇ ਜਾ ਰਹੇ ਨੇ ਤੇ ਮਨਵਿੰਦਰ ਸਿੰਘ ਦੇ ਵੱਲੋਂ ਵੀ ట్వీਟ ਕੀਤਾ ਗਿਆ ਤੇ ਮਨਵਿੰਦਰ ਸਿੰਘ ਨੇ ਆਪਣੇ ట్వీਟ ਦੇ ذریعے ਕਿਹਾ ਕਿ ਲੋਕਾਂ ਦਾ ਨਕਾਰਿਆ ਕਾਂਗਰਸੀ ਸਿੱਧੂ ਮੂਸੇਵਾਲਾ ਆਗੂ ਰਾਜੋ ਆਪਣੇ ਨਵੇਂ ਗਾਣੇ ਦੇ ਵਿੱਚ ਪੰਜਾਬੀਆਂ ਨੂੰ ਗद्दार ਕਹਿ ਰਿਹਾ ਹੈ ਬਹਾਦਰ ਪੰਜਾਬੀਆਂ ਲਈ ਅਜਹੀ ਇਤਰਾਜਕ ਭਾਸ਼ਾ ਵਰਤਣੀ ਬਹੁਤ ਹੀ ਮੰਤ ਭਾਗੀ ਹੈ ਪੰਜਾਬ ਦੇ ਲੋਕ ਕਦੇ ਵੀ ਮਾਫ ਨਹੀਂ ਕਰਨਗੇ ਸਿੱਧੂ ਮੂਸੇਵਾਲਾ ਦੇ ਗਾਣੇ ਤੇ ਲਗਾਤਾਰ ట్వీਟ ਦਾ ట్వీਟ ਨੇ ਜੋ ਕਿਤੇ ਚਾਰੇ ਨੇ ਲਗਾਤਾਰ ਹੀ ਜੋ ਟਵੀਟ ਨੇ ਕੀਤੇ ਜਾ ਰਹੇ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਜੇਲ ਮੰਤਰੀ ਦੀ ਤਾਂ ਜੇਲ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਵੇਟ ਵੇਟ ਐ ਜੋ ਕੀਤਾ ਗਿਆ ਤੇ ਹਰਜੋਤ ਬੈਂਸ ਨੇ ਆਪਣੇ ਟਵੀਟ ਦੇ ذریعے ਸਿੱਧੂ ਮੂਸੇਵਾਲਾ ਨੂੰ ਆੜੇ ਹੱਥੀ ਲਿਆ ਹਰਜੋਤ ਸਿੰਘ ਬੈਂਸ ਨੇ ਸਿੱਧੂ ਮੂਸੇਵਾਲਾ ਤੇ ਨਿਸ਼ਾਨਾ ਸਾਧਿਆ ਤੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਸਿੱਧੂ ਮੂਸੇਵਾਲਾ ਨੂੰ ਨਿਸ਼ਾਨੇ ਤੇ ਲਿਆ ਤੇ ਕਿਹਾ ਕਿ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਕਿ ਨਿਮਰਤਾ ਸਭ ਤੋਂ ਵੱਡਾ ਗੁਣ ਹੈ ਹਾਰ ਨੂੰ ਆਤਮ ਨਿਰੇਖਣ ਤੇ ਸਬਕ ਵਜੂ ਲੈਣਾ ਚਾਹੀਦਾ ਪਰ ਜ਼ਾਬਦਾ ਕਿਸੇ ਦੂਮੂਸੇ ਵਾਲੇ ਦਾ ਮਨ ਹੰਕਾਰ ਵਿੱਚ ਗੁਆਚ ਗਿਆ ਹੈ ਪੰਜਾਬ ਦੇ ਲੋਕਾਂ ਨੇ ਦਿਲੋਂ ਵੋਟਾਂ ਪਾਈਆਂ ਨੇ ਲੋਕਾਂ ਦੀ ਆਵਾਜ਼ ਨੂੰ ਗद्दार ਕਹਿਣਾ ਸ਼ਰਮਨਾਕ ਹੈ ਹਰਜੋਤ ਬੈਂਸ ਪੰਜਾਬ ਦੇ ਜੇਲ੍ਹ ਮੰਤਰੀ ਦੇ ਵੱਲੋਂ ਟਵੀਟਰ ਦੇ ਵਿੱਚ ਕੀ ਆ ਗਿਆ ਤੇ ਟਵੀਟਰ ਦੇ ذریعے ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜੋ ਸਿੱਧੂ ਮੂਸੇਵਾਲਾ ਨੂੰ ਨਿਸ਼ਾਨੇ ਤੇ ਲਿਆ ਤੇ ਕਿਹਾ ਕਿ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਕਿ ਨਿਮਰਤਾ ਸਭ ਤੋਂ ਵੱਡਾ ਗੁਣ ਹੈ ਹਾਰ ਨੂੰ ਆਤਮ ਨਰੀਖਣ ਤੇ ਸਬਕ ਵਜੋਂ ਲੈਣਾ ਚਾਹੀਦਾ ਪਰ ਜਦ ਦਾ ਕਿਸੇ ਸਿੱਧੂ ਮੂਸੇਵਾਲੇ ਦਾ ਮਨ ਹੰਕਾਰ ਵਿੱਚ ਗੁਆਚ ਗਿਆ ਪੰਜਾਬ ਦੇ ਲੋਕਾਂ ਨੇ ਦਿਲੋਂ ਵੋਟਾਂ ਪਾਈਆਂ ਨੇ ਤੇ ਲੋਕਾਂ ਦੀ ਆਵਾਜ਼ ਨੂੰ ਗद्दार ਕਹਿਣਾ ਸ਼ਰਮਨਾਕ ਹੈ ਹਜੋਤ ਬੈਂਸ ਦੇ ਵੱਲੋਂ ਕਿਹਾ ਗਿਆ। ਉੱਥੇ ਜੇਕਰ ਗੱਲ ਕੀਤੀ ਜਾਵੇ ਜਲਾਲਾਪੁਰ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਦੀ ਦੀ ਤਾਂ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ। ਸਿੱਧੂ ਮੂਸੇਵਾਲਾ ਤੇ ਲਗਾਤਾਰ ਟਵੀਟ ਦਾ ਟਵੀਟ ਨੇ ਜੋ ਸਾਮਣੇ ਆ ਰਹੇ ਨੇ ਤੇ ਜਗਦੀਪ ਕੰਬੋਜ 골ਡੀ ਦੇ ਵੱਲੋਂ ਵੀ ਸਿੱਧੂ ਮੂਸੇਵਾਲਾ ਨੂੰ ਆੜੇ ਹੱਥੀ ਲਿਆ ਤੇ ਪੰਜਾਬ ਦੇ ਲੋਕਾਂ ਦੇ ਹਮਾਇਤ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਬੋਲਿਆ ਗਿਆ ਤੇ ਪੰਜਾਬ ਦੇ ਲੋਕਾਂ ਨੂੰ ਗਤਾਰ ਕਹਿਣ ਵਾਲੇ ਯਾਨੀ ਕਿ ਸਿੱਧੂ ਮੂਸੇਵਾਲੇ ਨੂੰ ਠੋਕਵਾ ਜਵਾਬ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਹੀ ਸਿੱਧੂ ਮੂਸੇਵਾਲਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਆਗੂ ਨਿਸ਼ਾਨੇ ਤੇ ਲੈਂਦੇ ਹੋਏ ਦਿਖਾਈ ਦੇ ਰਹੇ ਨੇ ਜਗਦੀਪ ਕੰਬੋਜ ਗੋਲੀ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਜਗਦੀਪ ਕੰਬੋਜ ਗੋਲ ਨੇ ਟਵੀਟ ਦੇ ذریعے ਸਿੱਧੂ ਮੂਸੇਵਾਲਾ ਨੂੰ ਆੜੇ ਹੱਥੀ ਲਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਪਣੇ ਗੀਤ ਵਿੱਚ ਪੰਜਾਬ ਦੇ ਲੋਕਾਂ ਨੂੰ ਗद्दार ਕਿਹਾ ਗਿਆ ਜੋ ਸ਼ਬਦ ਬਹੁਤ ਹੀ ਨਿਰਾਸ਼ਾ ਭਰਿਆ ਹੈ ਤੇ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਨੂੰ ਆੜੇ ਹੱਥੀ ਲਿਆ ਸਿੱਧੂ ਮੂਸੇਵਾਲਾ ਦੇ ਵੱਲੋਂ ਜੋ ਗੀਤ ਗਾਇਆ ਗਿਆ ਉਸ ਤੋਂ ਕਾਫੀ ਨਿਰਾਸ਼ ਦਿਖਾਈ ਦੇ ਰਹੇ ਨੇ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਉੱਥੇ ਜੇਕਰ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਇਸ ਗਾਣੇ ਨੂੰ ਲੈ ਕੇ ਟਵੀਟ ਦਾ ਟਵੀਟ ਨੇ ਜੋ ਕੀਤੇ ਜਾ ਰਹੇ ਨੇ ਤੇ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਲੋਕ ਗद्दार ਨਹੀਂ ਤੇ ਸਿੱਧੂ ਮੂਸੇਵਾਲਾ ਦੇ ਵੱਲੋਂ ਜੋ ਸ਼ਬਦਾਵਲੀ ਆਪਣੇ ਗੀਤ ਦੇ ਵਿੱਚ ਵਰਤੀ ਗਈ ਹੈ ਬਹੁਤ ਹੀ ਨਿਰਾਸ਼ਾਜਨਕ ਹੈ ਕਾਫੀ ਜੋ ਵਿਧਾਇਕ ਨੇ ਆਕੂ ਨੂੰ ਨਿਰਾਸ਼ ਦਿਖਾਈ ਦੇ ਰਹੇ ਨੇ Sidhu Moosewala ਦੇ ਇਸ ਗਾਣੇ ਤੋਂ ਅਜੇਕਰ ਗਾਣੇ ਦੀ ਗੱਲ ਕੀਤੀ ਜਾਵੇ ਤਾਂ Sidhu Moosewala ਦੇ ਵੱਲੋਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਸੀ ਉੱਥੇ ਜੇਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਜਾਨੀ ਕੇ ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਨਿਤਰੇ ਦਿਖਾਈ ਦਿੱਤੇ ਸੀ ਤੇ ਕਿਤੇ ਨਾ ਕਿਤੇ ਦੀਪ Sidhu ਦੀ ਵੀ ਗੱਲ ਕੀਤੀ ਗਈ ਸੀਗੀ Sidhu Moosewala ਦੇ ਵੱਲੋਂ ਇਸ ਗਾਣੇ ਦੇ ਵਿੱਚ ਲਗਾਤਾਰ ਜੇਕਰ ਗਾਲ ਕਿਤੇ ਜਾਵੇ ਤਾਂ ਸਿੱਧੂ ਮੂਸੇਵਾਲਾ ਇਸ ਗਾਣੇ ਨੂੰ ਲੈ ਕੇ ਕਾਫੀ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਜੇਕਰ ਗਾਲ ਕਿਤੇ ਜਾਵੇ ਸਿੱਧੂ ਮੂਸੇਵਾਲਾ ਦੇ ਵੱਲੋਂ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਟਵੀਟ ਦਾ ਟਵੀਟ ਨੇ ਕੀਤੇ ਗਏ ਨੇ ਆਖਵਾ ਦੇ ਵੱਲੋਂ ਲਗਾਤਾਰ ਹੀ ਟਵੀਟ ਕੀਤੇ ਗਏ ਨੇ ਤੇ ਟਵੀਟ ਦੇ ذریعے ਆਮ ਆਦਮੀ ਪਾਰਟੀ ਦੇ ਆਖਵਾ ਨੂੰ ਸਿੱਧੂ ਮੂਸੇਵਾਲਾ ਨੇ ਆੜੇ ਹੱਥੀ ਲਿਆ ਹੈ ਦੱਸਦੇ ਕਿ ਲਗਾਤਾਰ ਹੀ ਆਮ ਆਦਮੀ ਪਾਰਟੀ ਦੇ ਆਖਵਾ ਨੇ ਸਿੱਧੂ ਮੂਸੇਵਾਲਾ ਨੂੰ ਜੋ ਗਾਣਾ ਗਾਇਆ ਗਿਆ ਸੀ ਉਸ ਦੇ ਜਵਾਬ ਦਿੰਦੇ ਹੋਏ ਟਵੀਟ ਕੀਤੇ ਨੇ ਤੇ ਟਵੀਟ ਦੇ ذریعے ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਲੋਕ ਗद्दार ਨਹੀਂ ਕਿਉਂਕਿ ਸਿੱਧੂ ਮੂਸੇਵਾਲਾ ਦੇ ਵੱਲੋਂ ਆਪਣੇ ਗੀਤ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਗद्दार ਸ਼ਬਦ ਦੀ ਜੋ ਵਰਤੋਂ ਸੀ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਕਿਹਾ ਗਿਆ ਹੈ ਤੇ ਲਗਾਤਾਰ ਟਵੀਟ ਵੀ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਸਿੱਧੂ ਮੂਸੇਵਾਲਾ ਦੇ ਵੱਲੋਂ ਇਹ ਜੋ ਗਾਣਾ ਗਾਇਆ ਗਿਆ ਤੇ ਗਾਣਾ ਹੈ ਜੋ ਕਾਫੀ ਚਰਚਿਤ ਹੈ ਦੱਸਦੇ ਕਿ ਸਿੱਧੂ ਮੂਸੇਵਾਲਾ ਦੇ ਵੱਲੋਂ ਇਹ ਗਾਣਾ ਕਾ